ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਲੈਕਚਰਰ ਸਿਮਰਨਜੀਤ ਸਿੰਘ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦਾ ਆਪਣੀ ਇਸ ਆਨਲਾਈਨ ਜਮਾਤ ਵਿੱਚ ਜਿਸ ਵਿੱਚ ਆਪਾਂ ਪੜ੍ਹ ਰਹੇ ਸੀ ਸਾਡੀ 11ਵੀਂ ਜਮਾਤ ਵਾਲੀ ਪੁਸਤਕ ਹੈ ਜਿਹੜੀ ਉਹਦੇ ਨਾਲ ਸੰਬੰਧਿਤ ਜਿਹੜਾ ਕਵਿਤਾ ਵਾਲਾ ਪੋਰਸ਼ਨ ਦੇ ਰੱਖਿਆ ਉਹਦੇ ਵਿੱਚੋਂ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਪੜ੍ਹ ਰਹੇ ਸੀ ਸੋ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਦੋ ਉਹਨਾਂ ਦੇ ਸ਼ਬਦ ਹੈ ਜਿਹੜੇ ਉਹਨਾਂ ਬਾਰੇ ਆਪਾਂ ਆਪਾਂ ਪੂਰੀ ਗੱਲ ਕਰ ਚੁੱਕੇ ਆ ਹੁਣ ਆਪਾਂ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਤੀਜਾ ਸ਼ਬਦ ਦੇ ਰੱਖਿਆ ਜਿਹਦਾ ਸਿਰਲੇਖ ਲਿਖਿਆ ਹੋਇਆ ਹੈ ਮੇਰਾ ਮਨ ਲੋਚਾ ਗੁਰੂ ਅਰਜਨ ਦੇਵ ਜੀ ਕਹਿ ਰਿਹਾ ਮੇਰਾ ਮਨ ਲੋਚਾ ਲੋਚਾ ਦਾ ਮਤਲਬ ਹੁੰਦਾ ਲੋਚਾ ਰੱਖਣੀ ਇੱਛਾ ਰੱਖਣੀ ਮੇਰੇ ਮਨ ਦੀ ਇੱਛਾ ਹੈ ਇੱਕ ਉਹ ਇੱਛਾ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਦੱਸੀ ਹੈ ਅੱਛਾ ਮੈਂ ਸਾਰੇ ਸ਼ਬਦ ਨੂੰ ਪੜ੍ਹਦਾ ਤੁਸੀਂ ਧਿਆਨ ਨਾਲ ਸੁਣੋ ਇਸ ਸ਼ਬਦ ਨੂੰ ਬੜੇ ਪ੍ਰੇਮ ਨਾਲ ਸੁਣੋ मेरा मन लोचा है गुरदर्शन ताई बिलप करे चातर की न्याय बिलप करे चातर की न्याय त्रिखा ना उतरे शांत ना आवै बिन दर्शन संत प्यारे जियो को जियो घोल घुमाय दर्शन संत प्यारे जियो रहाओ तेरा मुख सुहावा जियो ਸਹਿਜ ਤੁਣ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ਼ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਅੱਗੇ ਸੁਣੋ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੇ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜਿਓ ਹਉ ਕੋ ਲੀ ਜਿਓ ਕੋ ਲੁਕਮਾਈ ਇਸ ਸੱਚੇ ਗੁਰਦਰਬਾਰੇ ਜਿਓ ਰਹਾਓ ਠੀਕ ਹੈ ਅੱਗੇ ਸੁਣੋ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਓ ਹਉ ਕੋ ਲੀ ਜਿਓ ਕੋ ਲੁਕਮਾਈ ਜਨ ਨਾਨਕ ਦਾਸ ਤੁਮਾਰੇ ਜਿਓ ਰਹਾਓ ਸੋ ਠੀਕ ਹੈ ਵਿਦਿਆਰਥੀਓ ਤੁਸੀਂ ਸਾਰਿਆਂ ਨੇ ਸੁਣ ਲਿਆ ਇਸ ਸ਼ਬਦ ਨੂੰ ਲਓ ਆਪਾਂ ਇਹਦੇ ਬਾਰੇ ਵਿਚਾਰ ਚਰਚਾ ਕਰਦੇ ਆਂ ਵੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਰਾਹੀਂ ਸਾਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਕੀ ਕਹਿੰਦੇ ਆ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਮੇਰਾ ਮਨ ਹੈ ਜਿਹੜਾ ਉਹ ਲੋਚਦਾ ਹੈ ਲੋਚਾ ਮਤਲਬ ਇੱਛਾ ਮੇਰੇ ਮੇਰਾ ਮਨ ਹੈ ਜਿਹੜਾ ਉਹ ਇੱਛਾ ਰੱਖਦਾ ਹੈ ਗੁਰੂ ਦੇ ਦਰਸ਼ਨ ਕਰਨ ਦੀ ਮਤਲਬ ਮੇਰੇ ਮਨ ਵਿੱਚ ਗੁਰੂ ਦੇ ਦਰਸ਼ਨ ਕਰਨ ਦੀ ਇੱਛਾ ਹੈ ਅੱਗੇ ਸੁਣੋ ਬਿਲਪ ਕਰੇ ਚਾਤਰ ਕੀ ਨਿਆਈ ਬਿਲਪ ਦਾ ਮਤਲਬ ਹੁੰਦਾ ਵਿਲਾਪ ਕਰਨਾ ਰੋਣਾ ਉੱਚੀ ਉੱਚੀ ਰੋਣਾ ਵਿਲਾਪ ਕਰਨਾ ਬਿਲਪ ਕਰੇ ਚਾਤਰ ਕੀ ਨਿਆਈ ਜਿਵੇਂ ਪਿਆਸਾ ਪਪੀਹਾ ਹੁੰਦਾ ਹੈ ਨਾ ਪਿਆਸਾ ਪਪੀਹਾ ਪਪੀਹਾ ਇੱਕ ਪੰਛੀ ਹੁੰਦਾ ਹੈ ਬਾਈ ਪਿਆਸਾ ਪਪੀਹਾ ਅਧਿਆਤਮਿਕਤਾ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜਿਹੜਾ ਪਪੀਹਾ ਪੰਛੀ ਹੈ ਇੱਕ ਜਿਹੜਾ ਅਧਿਆਤਮਿਕ ਮਨੁੱਖ ਹੈ ਜਿਹੜਾ ਜਿਹੜਾ ਪਰਮਾਤਮਾ ਦੇ ਰਾਹ ਤੇ ਚੱਲਣ ਵਾਲਾ ਹੈ ਉਹਦੀ ਤੁਲਨਾ ਅਕਸਰ ਗੁਰਮਤ ਦੇ ਵਿੱਚ ਅਧਿਆਤਮਿਕ ਕਾਵ ਦੇ ਵਿੱਚ ਪਪੀਹਾ ਨਾਲ ਕੀਤੀ ਜਾਂਦੀ ਹੈ ਕਿ ਪਪੀਹਾ ਜਿਹੜਾ ਉਸ ਸੰਤਿ ਬੂੰਦ ਵਾਸਤੇ ਤਰਸਦਾ ਹੈ ਬਿਲਕੁਲ ਓਵੇਂ ਹੀ ਇੱਕ ਜਿਹੜਾ ਗੁਰਮੁਖ ਬੰਦਾ ਹੈ ਜਿਹੜਾ ਗੁਰੂ ਦੇ ਕਿਹੜੇ ਤੇ ਚੱਲਦਾ ਹੈ ਉਹ ਬੰਦਾ ਉਸ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਆਪਣੇ ਗੁਰੂ ਦੇ ਦਰਸ਼ਨਾਂ ਵਾਸਤੇ ਹਮੇਸ਼ਾ ਤਰਸਦਾ ਰਹਿੰਦਾ ਸੋ ਇਹ ਮਤਲਬ ਕੀ ਹੈ ਚਾਤ੍ਰਕ ਮਤਲਬ ਜਿਹੜਾ ਪਿਆਸਾ ਪੀ ਹੈ ਉਹ ਸੰਤੀ ਬੂੰਦ ਉਹਨੂੰ ਜਦੋਂ ਪ੍ਰਾਪਤ ਹੁੰਦੀ ਹੈ ਫੇਰ ਹੀ ਉਸ ਦੀ ਪਿਆਸ बुझਦੀ ਹੈ ਓਵੇਂ ਹੀ ਜਿਹੜਾ ਬੰਦਾ ਆਪਣੇ ਗੁਰੂ ਦੇ ਦਰਸ਼ਨਾਂ ਦਾ ਪਿਆਸਾ ਹੈ ਜਿਨ੍ਹਾਂ ਚਿਰ ਉਹਨੂੰ ਆਪਣੇ ਗੁਰੂ ਦੇ ਦਰਸ਼ਨ ਪ੍ਰਾਪਤ ਨਹੀਂ ਹੁੰਦੇ ਗੁਰੂ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਨਹੀਂ ਹੁੰਦਾ ਉਹਨਾਂ ਸਮਾਂ ਉਸ ਦਾ ਮਨ ਉਸ ਦੀ ਰੂਹ ਪਿਆਸੀ ਰਹੇਗੀ ਤੜਪਦੀ ਰਹੇਗੀ ਵਿਲਾਪ ਕਰੇ ਚਾਹ ਤਰਕੀ ਨਿਆਈ ਮੇਰਾ ਜਿਹੜਾ ਮਨ ਹੈ ਉਹ ਵਿਲਾਪ ਕਰ ਰਿਹਾ ਹੈ ਪਿਆਸੇ ਹੋਏ ਪਪੀਹੇ ਵਾਂਗ ਵਿਲਾਪ ਕਰ ਰਿਹਾ ਹੈ ਠੀਕ ਹੈ ਜੀ ਅੱਗੇ ਸੁਣੋ ਤ੍ਰਿਕਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜਿਓ ਤ੍ਰਿਕਾ ਦਾ ਮਤਲਬ ਹੁੰਦਾ ਤ੍ਰੇ ਜਿਹਨੂੰ ਆਪਾਂ ਕਹਿ ਦਿੰਨੇ ਆ ਪਿਆਸ ਸੋ ਪਿਆਸ ਹੈ ਜਿਹੜੀ ਇਹ ਮਿਟਦੀ ਨਹੀਂ ਹੈ ਮੇਰੇ ਮਨ ਦੀ ਹੁਣ ਪਿਆਸ ਨਹੀਂ ਮਿਟੂਗੀ ਤੇ ਸ਼ਾਂਤੀ ਵੀ ਨਹੀਂ ਆਊਗੀ ਜਿਵੇਂ ਉਦਾਹਰਨ ਵਾਸਤੇ ਆਪਾਂ ਨੂੰ ਤੇ ਲੱਗੀ ਹੋਵੇ ਤੇ ਆਪਾਂ ਨੇ ਮਨ ਨੂੰ ਉਹਨਾਂ ਚਿਰ ਸ਼ਾਂਤੀ ਨਹੀਂ ਮਿਲੂਗੀ ਜਿੰਨਾ ਚਿਰ ਆਪਾਂ ਇੱਕ ਗਲਾਸ ਪਾਣੀ ਦਾ ਨਹੀਂ ਪੀ ਲੈਂਦੇ ਬਿਲਕੁਲ ਓਵੇਂ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਤ੍ਰਿਕਾ ਨਾ ਉਤਰੇ ਸ਼ਾਂਤ ਨਾ ਆਵੇ ਮੇਰੇ ਮਨ ਦੇ ਵਿੱਚ ਮੇਰੇ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਤਰੀਖਾ ਹੈ ਉਹ ਜਿੰਨਾ ਚਿਰ ਉਤਰਦੀ ਨਹੀਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਗੀ ਉਸ ਮੇਰੇ ਪਿਆਰੇ ਗੁਰੂ ਉਸ ਸੰਤ ਮਤਲਬ ਗੁਰੂ ਦੇ ਦਰਸ਼ਨਾਂ ਬਿਨਾ ਮੇਰੇ ਮਨ ਦੀ ਪਿਆਸ 부ਜੇਗੀ ਨਹੀਂ ਤੇ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ ਹਉ ਕੋ ਲੀਜੀਓ ਕੋ ਹਲਕਮਾਈ ਹਉ ਦਾ ਮਤਲਬ ਹੁੰਦਾ ਮੈਂ ਮੈਂ ਉਸ ਪ੍ਰਭੂ ਪਰਮਾਤਮਾ ਤੋਂ ਬਲਿਆ ਰਜਣਾ ਹਾਂ ਆਪਣੇ ਉਸ ਗੁਰੂ ਤੋਂ ਬਲਿਹਾਰ ਜਾਣਾ ਵਾਰੇ-ਵਾਰੇ ਜਾਣਾ ਕੁਰਬਾਨ ਜਾਣਾ ਘੋਲ ਘੁਮਾਈ ਦਾ ਮਤਲਬ ਹੁੰਦਾ ਹੈ ਆ ਜਿਹੜੇ ਮੈਂ ਅਰਥ ਬੋਲੇ ਆ ਘੋਲ ਘੁਮਾਈ ਦੇ ਆ ਮਤਲਬ ਘੋਲ ਘੁਮਾਈ ਦਾ ਭਾਵ ਹੈ ਵਾਰੇ ਜਾਣਾ ਬਲਿਹਾਰੇ ਜਾਣਾ ਕੁਰਬਾਨ ਜਾਣਾ ਕਿਸੇ ਤੋਂ ਗੁਰਦਰਸ਼ਨ ਸੰਤ ਪਿਆਰੇ ਜਿਓ ਮੈਂ ਉਸ ਆਪਣੇ ਗੁਰੂ ਸੰਤ ਜਿਹੜਾ ਪਿਆਰਾ ਹੈ ਉਸ ਦੇ ਦਰਸ਼ਨਾਂ ਤੋਂ ਕੁਰਬਾਨ ਜਾਣਾ ਬਲਿਹਾਰ ਜਾਣਾ ਅੱਗੇ ਲਿਖਿਆ ਰਹਾਓ ਮਤਲਬ ਠਹਿਰਾਓ ਪਹਿਰਾ ਆਇ ਤੇ ਅੱਛਾ ਅੱਗੇ ਸੁਣੋ ਜੀ ਤੇਰਾ ਮੁਖ ਸੁਹਾਵਾ ਜਿਓ ਸਹਿਜ ਤੁਨ ਬਾਣੀ हे ਪ੍ਰਮਾਤਮਾ ਮੈਨੂੰ ਤੇਰਾ ਮੁਖ ਹੈ ਜਿਹੜਾ ਸੁਹਾਵਾ ਸੋਹਣਾ ਲੱਗਦਾ ਹੈ ਮਤਲਬ ਤੇਰੇ ਮੁਖ ਦੇ ਦਰਸ਼ਨ ਹੈ ਜਿਹੜੇ ਉਹ ਮੈਨੂੰ ਚੰਗੇ ਲੱਗਦੇ ਹੈ ਤੇਰਾ ਮੁਖ ਸੁਹਾਵਾ ਜਿਓ ਸਹਿਜ ਤੁਨ ਬਾਣੀ ਤੇ ਤੇਰੀ ਜਿਹੜੀ ਬੋਲੀ ਹੈ ਜਿਹੜੀ ਉਹ ਮਤਲਬ ਕੀ ਹੈ ਕਿ ਸਹਿਜ ਤੁਨ ਬਾਣੀ ਜਿਹੜੀ ਤੇਰੀ ਬਾਣੀ ਹੈ ਜਿਹੜੀ ਤੇਰੀ ਬੋਲੀ ਹੈ ਜਿਹੜੇ ਤੇਰੇ ਵਿਚਾਰ ਨੇ ਹੈ ਗੁਰੂ ਉਹ ਕੀ ਕਰਦੇ ਆ ਮੇਰੇ ਮਨ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਇੱਕ ਧੁਨ ਪ੍ਰਗਟ ਕਰਦੇ ਆ ਸਹਿਜ ਅਵਸਥਾ ਵਿੱਚ ਮੇਰੇ ਅੰਦਰ ਉਹ ਵਿਚਾਰ ਹੈ ਜਿਹੜੇ ਉਹ ਮੇਰੇ ਅੰਦਰ ਚੱਲਦੇ ਰਹਿੰਦੇ ਆ ਚਿਰ ਹੋਆ ਦੇਖੇ ਸਾਰੰਗ ਪਾਣੀ हे परमात्मा हे गुरु ਤੇਰੇ ਦਰਸ਼ਨ ਕੀਤੇ ਨੂੰ ਬੜਾ ਸਮਾਂ ਹੋ ਗਿਆ ਚਿਰ ਹੋਆ ਮਤਲਬ ਬਹੁਤ ਜ਼ਿਆਦਾ ਸਮਾਂ ਹੋ ਗਿਆ ਤੇਰੇ ਦਰਸ਼ਨ ਕੀਤੇਆਂ ਨੂੰ ਤਨਸੋ ਦੇਸ਼ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੈ ਮੇਰੇ ਸੱਜਣ ਹੈ ਮੇਰੇ ਮਿੱਤਰ ਹੈ ਮੇਰੇ ਹੈ ਮੇਰੇ ਸੱਜਣ ਮਿੱਤਰ ਗੁਰੂ ਗੁਰੂ ਨੂੰ ਕਿਹਾ ਗਿਆ ਇਹ ਸੱਜਣ ਮੀਤ ਇਹ ਗੁਰੂ ਵਾਸਤੇ ਵਰਤੇ ਗਏ ਸ਼ਬਦ ਹੈ ਤਨਸੋ ਦੇਸ਼ ਜਹ ਤੂੰ ਵਸਿਆ ਉਹ ਦੇਸ਼ ਉਹ ਧਰਤੀ ਹੈ ਜਿਹੜੀ ਉਹ ਧਨ ਹੈ ਜਿੱਥੇ ਤੂੰ ਵਸਦਾ ਹੈ हे ਪ੍ਰਮਾਤਮਾ ਉਹ ਘਰ ਉਹ ਦੇਸ਼ ਧਨ ਹੈ ਜਿੱਥੇ ਤੇਰਾ ਵਾਸ ਹੈ ਜਿੱਥੇ ਤੂੰ ਨਿਵਾਸ ਕਰਦਾ ਹੈ ਹਉ ਕੋ ਲੀਹੋ ਹਉ ਕੋ ਲੁਕਮਾਈ ਗੁਰਦਰਸ਼ਨ ਗੁਰ ਸੱਜਣ ਮੀਤ ਮਰਾਰੇ ਜਿਓ ਮੈਂ ਉਸ ਮੇਰੇ ਗੁਰੂ ਜੋ ਸੱਜਣ ਵਰਗਾ ਹੈ ਜੋ ਮੇਰੇ ਮਿੱਤਰ ਵਰਗਾ ਹੈ ਮੈਂ ਉਸ ਤੋਂ ਬਲੇਹਾਰ ਜਾਨਾ ਕੁਰਬਾਨ ਜਾਨਾ ਆ ਰਹਾਓ ਠੀਕ ਹੈ ਜੀ ਅੱਗੇ ਸੁਣੋ ਕੀ ਕਹਿੰਦੇ ਗੁਰੂ ਅਰਜਨ ਦੇਵ ਜੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇੱਕ ਘੜੀ ਦਾ ਮਤਲਬ ਇੱਕ ਪਲ ਵੀ ਹੈ ਮੇਰੇ ਗੁਰੂ ਮੈਂ ਜੇ ਇੱਕ ਪਲ ਵੀ ਤੇਰੇ ਦਰਸ਼ਨ ਨਾ ਕਰਾ ਇੱਕ ਪਲ ਵੀ ਤੈਨੂੰ ਨਾ ਮਿळा ਇੱਕ ੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੇ ਸਾਰੇ ਪਾਸੇ ਕਲਯੁਗ ਹੀ ਕਲਯੁਗ ਹੋ ਗਿਆ ਮਤਲਬ ਭੈੜਾ ਸਮਾ ਆ ਗਿਆ ਮੇਰੇ ਉੱਪਰ ਜੇ ਮੈਂ ਤੈਨੂੰ ਇੱਕ ਵਾਰ ਵੀ ਯਾਦ ਨਾ ਕਰਾਂ ਇੱਕ ੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ ਪ੍ਰੇ ਮਤਲਬ ਪਰਮਾਤਮਾ ਹੇ ਮੇਰੇ ਪਰਮਾਤਮਾ ਹੁਣ ਕਦੋਂ ਮਿਲਿਆ ਜਾਊਗਾ ਤੇਰੇ ਨਾਲ ਹੁਣ ਕਦ ਮਿਲੀ ਹੈ ਮਤਲਬ ਹੁਣ ਤੇਰੇ ਨਾਲ ਕਦੋਂ ਮੇਲ ਹੋਊਗਾ ਮੇਰਾ ਮੋਹੇ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਰੈਣ ਮਤਲਬ ਰਾਤ ਤੇਰੇ ਦਰਸ਼ਨਾਂ ਤੋਂ ਬਿਨਾ ਮੇਰੀ ਰਾਤ ਨਹੀਂ ਗੁਜ਼ਰਦੀ ਮੇਰੀ ਰਾਤ ਨਹੀਂ ਲੰਘਦੀ ਮੋਹੇ ਰੈਣ ਨਾ ਵਿਹਾਵੈ ਮੇਰੀ ਰਾਤ ਨਹੀਂ ਲੰਘਦੀ ਨੀਂਦ ਨਾ ਆਵੈ ਮੈਨੂੰ ਨੀਂਦ ਨਹੀਂ ਆਉਂਦੀ ਬਿਨ ਦੇਖੇ ਗੁਰਦਵਾਰੇ ਜੀਓ ਤੇਰਾ ਸੱਚਾ ਦਰਬਾਰ ਦੇਖੇ ਬਿਨਾ ਤੇਰੇ ਦਰਸ਼ਨ ਕੀਤੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਤੇ ਮੇਰੀ ਰਾਤ ਨਹੀਂ ਲੰਘਦੀ ਠੀਕ ਹੈ ਜੀ ਆ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਓ हे ਪ੍ਰਮਾਤਮਾ हे ਗੁਰੂ ਮੈਂ ਤੇਰੇ ਸੱਚੇ ਦਰਬਾਰ ਤੋਂ ਬਲਿਹਾਰ ਜਾਣਾ ਹਾਂ ਵਾਰੀ ਵਾਰੀ ਜਾਣਾ ਹਾਂ ਕੁਰਬਾਨ ਜਾਣਾ ਹਾਂ ਰਹਾਓ ਵਿਸ਼ਰਾਮ ਠਹਿਰਾਓ ਆਖਰੀ ਇਸ ਦਾ ਜਿਹੜਾ ਹੈਗਾ ਪੈਰਾ ਉਹ ਸੁਣੋ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਪਣਾ ਸੀ ਕਰਮਹਿ ਪਾਇਆ ਭਾਗ ਹੋਆ ਮਤਲਬ ਮੇਰੇ ਚੰਗੇ ਕਰਮ ਹੋ ਗਏ ਭਾਗ ਹੋਆ ਵੀ ਮੇਰੇ ਚੰਗੇ ਕਰਮ ਹੋ ਗਏ ਉਹਦੇ ਨਾਲ ਕੀ ਹੋਇਆ ਗੁਰਸੰਤ ਮਿਲਾਇਆ ਮੇਰੇ ਗੁਰੂ ਨੇ ਉਸ ਪ੍ਰਭੂ ਨਾਲ ਮੈਨੂੰ ਮਿਲਾ ਦਿੱਤਾ ਮੇਰੇ ਚੰਗੇ ਕਰਮਾਂ ਦੇ ਕਾਰਨ ਮੇਰੀ ਚੰਗੀ ਕਿਸਮਤ ਭਾਗ ਹੋਆ ਪੀ ਮੇਰੀ ਚੰਗੀ ਕਿਸਮਤ ਦੇ ਕਾਰਨ ਮੇਰੇ ਗੁਰੂ ਨੇ ਮੇਰਾ ਜਿਹੜਾ ਮੇਰਾ ਮੇਲ ਕਿਸ ਦੇ ਨਾਲ ਕਰਵਾਤਾ ਪ੍ਰਮਾਤਮਾ ਨਾਲ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਅਬਿਨਾਸੀ ਦਾ ਮਤਲਬ ਹੁੰਦਾ ਹੈ ਵਿਨਾਸ਼ ਤੋਂ ਰਹਿਤ ਵਿਨਾਸ਼ ਜਾਂ ਨਾਸ਼ ਤੋਂ ਰਹਿਤ ਜਿਸ ਦਾ ਨਾਸ਼ ਨਾ ਹੋਵੇ ਅਬਿਨਾਸੀ ਕੌਣ ਹੈ ਪ੍ਰਮਾਤਮਾ ਹੈ ਪਰਮਾਤਮਾ ਦਾ ਕਦੇ ਵੀ ਨਾਸ਼ ਜਾਵੇ ਨਾਸ਼ ਲਿਖਿਆ ਜਾਵੇ ਨਾਸ਼ ਨਹੀਂ ਹੋ ਸਕਦਾ ਪਰਮਾਤਮਾ ਦਾ ਇਸ ਕਰਕੇ ਇਹ ਸ਼ਬਦ ਪਰਮਾਤਮਾ ਵਾਸਤੇ ਵਰਤਿਆ ਗਿਆ ਅਬినాਸੀ ਪ੍ਰਭ ਅਬਨਾਸੀ ਘਰ ਮੈਂ ਪਾਇਆ ਘਰ ਦਾ ਮਤਲਬ ਹੈਗਾ ਹਿਰਦਾ ਵੀ ਮੈਂ ਉਸ ਅਬਨਾਸੀ ਕਦੀ ਵੀ ਨਾਸ਼ ਨਾ ਹੋਣ ਵਾਲਾ ਪ੍ਰਭੂ ਹੈ ਜਿਹੜਾ ਉਸ ਨੂੰ ਮੈਂ ਆਪਣੇ ਹਿਰਦੇ ਵਿੱਚੋਂ ਹੀ ਲੱਭ ਲਿਆ ਤੇ ਕਿਹਦੀ ਕਿਰਪਾ ਸਦਕਾ ਕਿਹਦੀ ਪ੍ਰੇਰਣਾ ਸਦਕਾ ਮੈਂ ਆਪਣੇ ਗੁਰੂ ਦੀ ਕਿਰਪਾ ਸਦਕਾ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹੈ ਨਾਨਕ ਮੈਂ ਤੇਰਾ ਦਾਸ ਬਣ ਕੇ ਦਾਸ ਦਾਸ ਬਣ ਕੇ ਸੇਵ ਕਰੀ ਮੈਂ ਤੇਰੀ ਸੇਵਾ ਕਰਾਂਗਾ ਪਲ ਚਸਾ ਨਾ ਵਿਛੜਾ ਪਲ ਤੇ ਚਸਾ ਇਹ ਸਮੇਂ ਨੂੰ ਦੱਸਣ ਵਾਲੇ ਆ ਜੀ ਇਹ ਬੇਟਾ ਜੀ ਕੀ ਚੀਜ਼ ਆ ਸਮੇਂ ਨੂੰ ਜਿਹੜੀਆਂ ਚੀਜ਼ਾਂ ਦੱਸਦੀਆਂ ਹਨ ਜਿਵੇਂ ਮੈਂਟਸ ਕੈਂਟ ਹੁੰਦੇ ਆ ਓਵੇਂ ਹੀ ਪਲ ਤੇ ਚਸਾ ਹੁੰਦੇ ਆ ਬੀ ਮਾਤਲਬ ਇੱਕ ਪਲ ਵੀ हे ਪਰਮਾਤਮਾ ਮੈਂ ਤੇਰੇ ਤੋਂ ਨਾ ਵਿਛੜਾਂ ਤੇਰਾ ਦਾਸ ਬਣ ਕੇ ਤੇਰੀ ਹਰ ਸਮੇਂ ਸੇਵਾ ਕਰਾਂ ਜਨ ਨਾਨਕ ਦਾਸ ਤੇਮਾਰੇ ਜਿਓ ਹਉ ਕੋ ਲੀ ਜਿਓ ਕੋਲ ਕੁਮਾਈ ਜਨ ਨਾਨਕ ਦਾਸ ਤੇਮਾਰੇ ਜਿਓ ਰਹਾਉ हे ਪਰਮਾਤਮਾ ਮੈਂ ਤੇਰੇ ਦਾਸਾਂ ਤੋਂ ਮੈਂ ਤੇਰੇ ਦਾਸ ਹੋਣ ਤੋਂ ਕੁਰਬਾਨ ਜਾਣਾ ਬਲਿਹਾਰ ਜਾਣਾ ਮਤਲਬ ਮੈਂ ਆਪਣੇ ਆਪ ਦੇ ਵਿੱਚ ਦਾਸਾਂ ਤੇ ਮੈਂ ਤੇਰਾ ਦਾਸ ਐ ਮੈਂ ਇਸ ਗੱਲ ਤੋਂ ਬਲਿਹਾਰ ਜਾਣਾ ਵਾਰੇ ਵਾਰੇ ਜਾਣਾ ਕੁਰਬਾਨ ਜਾਣਾ ਸੋ ਠੀਕ ਐ ਪਿਆਰੇ ਵਿਦਿਆਰਥੀਓ ਮੈਂ ਜੇ ਤੁਸੀਂ ਆਖੋ ਇੱਕ ਵਾਰ ਫੇਰ ਪੜ੍ਹਦਾ ਇਸ ਨੂੰ ਹਨਾ ਹਾਂ ਇੱਕ ਵਾਰ ਫੇਰ ਪੜ੍ਹ ਦਿੰਨੇ ਆਪਾਂ ਇਸ ਨੂੰ ਬੜਾ ਪਿਆਰਾ ਸ਼ਬਦ ਐ ਹਨਾ ਇਹ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਲਪ ਕਰੇ ਚਾਤਰ ਕੀ ਨਿਆਈ ਤ੍ਰਿਕਾ ਨਾ ਉਤਰਿਆ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋ ਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਬਾਣੀ ਤਨ ਸੋ ਦੇਸ਼ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਕੋ ਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹਾਉ ਇੱਕ ਕੜੀ ਨਾ ਮਿਰਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁ ਸੁਧ ਭਗਵੰਤਾ ਮੋਹਿ ਰੈਣ ਨ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋ ਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਬਨਾਸੀ ਘਰ ਮਹਿ ਪਾਇਆ ਸੇਵ ਕਰੀ ਪਲਚਸਾ ਨ ਵਿਛੜਾ ਜਨਾਨਨਕ ਦਾਸ ਤੁਮਾਰੇ ਜਿਓ ਹਉ ਕੋ ਲੀਜੀਓ ਕੋਲ ਕੁਮਾਈ ਜਨਾਨਨਕ ਦਾਸ ਤੁਮਾਰੇ ਜਿਓ ਰਹਾਓ ਸੋ ਠੀਕ ਹੈ ਵਿਦਿਆਰਥੀਓ ਅਗਲੀ ਜਿਹੜੀ ਮਤਲਬ ਅਗਲਾ ਸ਼ਬਦ ਹੈ ਜਿਹੜਾ ਉਹਦੇ ਉਹਨੂੰ ਲੈ ਕੇ ਜਲਦੀ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ